ਗਾਂ ਲਿਆਂਦੀਆਂ ਸੀ 55-55 ਹਜ਼ਾਰ ਦੀਆਂ ਠੀਕ ਹੈ ਤੇ ਯਾਨੀ ਕਿ 6 ਮਹੀਨੇ ਪਹਿਲੇ ਤੇ ਹੁਣ ਉਹ 2-2 ਲੱਖ ਤੇ ਗਈਆਂ ਨੇ 2-2 ਲੱਖ ਤੇ ਗਈਆਂ ਨੇ ਹਾਂਜੀ ਉੱਥੋਂ 70-75 ਦੀ ਵੀ ਲਾਇਆ ਜੀ ਇੱਥੇ ਆਪਾਂ ਨੂੰ ਸਾਲ ਦੇ ਵਿੱਚ ਵਿੱਚ ਦੁੱਧ ਪੀ ਤੇ ਵੀ 1.5 ਲੱਖ ਰੁਪਇਆ ਦੇ ਰਹੀ ਇੱਕ 12 ਮਹੀਨੇ ਬਾਅਦ ਇੱਕ 50 ਮੁਨਾਫਾ ਹੈ 75 ਬਾਰ ਕੱਢ ਕੇ ਵਾਹ ਜੀ ਵਾਹ ਇਹ ਵਿਲੈਤਨ ਕਰਾਸ ਲਿਆਉਣੀ ਚਾਹੀਦੀ ਅੱਛਾ ਅਗਰ ਉਹਨੂੰ ਤੁਸੀਂ ਸੰਭਾਲ ਕੇ 6 ਮਹੀਨਿਆਂ ਬਾਅਦ ਉਹਦੀ ਸੇਵਾ ਕਰੋ ਤੁਹਾਨੂੰ ਮੇਵਾ ਨਾ ਖਵਾਵੇ ਤੇ ਮੈਨੂੰ ਨੀਵੀਂ ਥਾਂ ਤੇ ਪਾ ਲਿਆ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਜੀ ਦੇ ਦੋਸਤੋ ਅੱਜ ਫਿਰ ਤੁਹਾਡਾ ਵੀਰ ਪਹੁੰਚ ਗਿਆ ਇੱਕ ਡੇਅਰੀ ਫਾਰਮਿੰਗ ਖਾਂਗੜ ਗਾਂ ਦੇ ਵਾਲੇ ਨਾਲ ਕਿ ਖਾਂਗੜ ਗਾਂ ਕਿਸੇ ਮੰਡੀ ਨੂੰ ਲੈ ਕੇ ਪਾਲਣੀਆਂ ਚਾਹੀਦੀਆਂ ਜਾਂ ਨਹੀਂ ਪਾਲਣੀਆਂ ਚਾਹੀਦੀਆਂ ਅੱਜ ਦੀ ਮਾਲੂਮਾਤ ਮੁਕੰਮਲ ਹੈ ਇਸ ਚਾਚੇ ਕੋਲ ਲਾਂਗੇ ਖਾਂਗੜ ਗਾਂ ਦੇ ਵਾਲੇ ਨਾਲ ਕਿ ਖਾਂਗੜ ਗਾਂ ਦੇ ਵਿੱਚ ਉਹ ਕਿੰਨਾ ਟਾਈਮ ਰੱਖੇ ਤਾਂ ਕਿੰਨਾ ਮੁਨਾਫਾ ਆਉਂਦਾ ਕਿ ਨੁਕਸਾਨ ਹੀ ਹੈ ਮੁਕੰਮਲ ਮਾਲੂਮਾਤ ਹੈ ਅੱਜ ਦੀ ਮਾਲੂਮਾਤ ਬੜੀ ਕਮਾਲ ਦੀ ਹੈ ਤਾਂ ਵੀਡੀਓ ਸਕਿਪ ਨਹੀਂ ਕਰਨੀ ਇਨਸ਼ਾਅੱਲਾ ਮੇਰੀ ਯੂਟਿਊਬ ਫੈਮਿਲੀ ਦਾ ਜ਼ਰੂਰ ਫਾਇਦਾ ਹੋਵੇਗਾ ਤਾਂ ਚਲੇ ਵੀਡੀਓ ਸ਼ੁਰੂ ਕਰਨੇ ਆ ਅਸਲਾਮੁਅਲੈਕਮ ਵਾਲੇਕਮ ਸਲਾਮ ਚਾਚਾ ਜੀ ਤੁਹਾਡਾ ਨਾਂ ਕੀ ਹੈ ਮੇਰੇ ਨਾਮ ਅਮਨ ਜਾਫਰ ਹੈ ਇਲਾਕਾ ਕਿਹੜਾ ਹੈ ਇਹ ਇਲਾਕਾ ਹੈ ਜੋਗ ਦਾ ਤੇ ਜ਼ਿਲ੍ਹਾ ਉਕਾੜਾ ਜ਼ਿਲ੍ਹਾ ਉਕਾੜਾ ਅੱਛਾ ਮੇਰੇ ਚਾਚੇ ਨੂੰ ਖਾਂਗੜ ਗਾਂ ਦਾ ਕੰਮ ਕਰਦੇ ਆ ਕਿੰਨਾ ਉਚੇਰ ਹੋ ਗਿਆ ਇਹ ਹੋ ਗਿਆ ਮੈਨੂੰ 2-2 ਸਾਲ ਹੋ ਗਏ 2 ਸਾਲ ਦਾ ਤਜਰਬਾ ਤੁਹਾਡਾ ਖਾਂਗੜ ਗਾਂ ਦੇ ਵਾਲੇ ਨਾਲ ਹਾਂਜੀ ਸਹੀ ਹੋ ਗਿਆ ਤੇ ਕਿਵੇਂ ਚਾਚੇ ਤੁਹਾਨੂੰ ਆਈਡੀਆ ਆਇਆ ਕਿ ਅਸੀਂ ਕੰਮ ਕਰੀਏ ਇਹ ਜੀ ਕੱਟੇ ਵੀ ਰੱਖੇ ਵੱਛੇ ਵੀ ਰੱਖੇ ਤੇ ਉਹਨਾਂ 'ਚ ਮੈਨੂੰ ਵਫਾਦ ਨਹੀਂ ਹੋਇਆ ਇਹ ਜਿਹੜੀਆਂ ਖਾਂਗੜ ਗਾਈ ਨੇ ਨਾ ਇਹਨਾਂ 'ਚ ਬਹੁਤ ਅੱਛਾ ਜਿਹੜਾ ਇਹਨਾਂ ਨੂੰ ਪ੍ਰੋਫਿਟ ਹੈ ਹਾਂਜੀ ਮੁਨਾਫਾ ਹੈ ਹਾਂ ਇਹਨਾਂ 'ਚ ਇਨਸ਼ਾਅੱਲਾ 1-1.25 ਲੱਖ ਰੁਪਇਆ 1.5 ਤੱਕਣ ਵੀ ਮੈਨੂੰ ਪ੍ਰੋਫਿਟ ਜਾ ਰਹੀ ਕਿੰਨੇ ਟਾਈਮ ਦੀ ਇਹ ਜੀ 6 ਮਹੀਨੇ ਸੰਭਾਲ ਦਿਆਂ ਜੀ ਇਨਸ਼ਾਅੱਲਾ ਗਾਵਾਂ ਇਹ ਜਿਹੜੀਆਂ ਖਾਂਗੜਾਂ ਨੇ ਬਿਹਤਰੀਨ ਹੋ ਜਾਂਦੀਆਂ ਸਹੀ ਹੋ ਗਿਆ ਅਤੇ ਇਹ ਖਾਂਗੜ ਗਾਈ ਦੀ ਮੰਡੀ ਕਿਹੜੀ ਬੈਸਟ ਹੈ ਇਹ ਖਾਂਗੜ ਗਾਈ ਦੀ ਮੰਡੀ ਲਾਹੌਰ ਲਾਹੌਰ ਹਾਂਜੀ ਇਹ ਤੁਹਾਡੇ ਤਜੁਰਬੇ ਨਾਲ ਕਿ ਕਿਹੜੀ ਗਾਂ ਰੱਖਣੀ ਚਾਹੀਦੀ ਖਾਂਗੜ ਇਹ ਜਿਹੜੀ ਇਹ ਨਾ ਆਪਣੀ ਆਪ ਲੈਤਨ ਕਰਾਸ ਗਾਵਾਂ ਜੀ ਇਹ ਬਹੁਤ ਅੱਛੀਆਂ ਨੇ ਮੇਰੇ ਹਿਸਾਬ ਵਿੱਚ ਇਹ ਠੀਕ ਜਾ ਅਤੇ ਕਿਲੇ ਤੁਸੀਂ ਖਾਂਗੜ ਗਾਂ ਲਿਆਉਂਦੇ ਹੋ ਲਾਹੌਰ ਮੰਡੀ ਦੋ ਜਾਂ ਇਸ ਲਈ ਹੋਰ ਕੋਈ ਮੰਡੀ ਦੋ ਤੁਲੇ ਕਿੰਨੇ ਲਿਆਉਂਦੇ ਹੋ ਕਿੰਨੇ ਰੇਂਜ ਤੱਕ ਲਿਆਉਂਦੇ ਹੋ ਮੁੱਲੇ ਤਾਂ ਉਹ ਟੁੱਟੀਆਂ ਫੁੱਟੀਆਂ ਲੱਭ ਜਾਂਦੀਆਂ ਨੇ 70-80 ਤੀਕਣ ਵੀ ਲੱਭ ਜਾਂਦੀ ਹੈ ਤੇ ਮੈਂ ਸੁਣਿਆ 30-40 ਦੀ ਗਾਂ ਲੱਭ ਜਾਂਦੀ ਹੈ 30-40 ਦੀ ਜਿਹੜੀ ਲੱਭਦੀ ਹੈ ਉਹ ਅਸਲ ਨਸਲੀ ਨਹੀਂ ਨਾ ਹੁੰਦੀ ਬਿਲਕੁਲ ਅਸਲ ਨਸਲਾਂ ਨਹੀਂ ਗਾ ਮਾਰੋ ਹੱਕ ਇਹੋ ਜਿਹੀਆਂ ਖਾਈਆਂ ਹਾਂ ਮਾਸ਼ਾਅੱਲਾ ਕਰਾਸ ਲੈਤਨ ਇਸ ਲਈ ਜੀ ਸੋਹਣੀ ਗਾਈ ਨੇ ਸੋਹਣੀਆਂ ਤਾਂ ਆਪਾਂ ਬਾਅਦ ਪੈਸੇ ਭਾਈ ਸਹੀ ਹੋ ਗਿਆ ਅੱਛਾ ਕਿਲੇ ਤੁਸੀਂ ਗਾਂ ਲਿਆਉਂਦੇ ਹੋ ਉਹ ਥੱਲੇ ਕੋਈ ਦੁੱਧ ਵੀ ਹੁੰਦਾ ਹਾਂ ਦੁੱਧ ਹੁੰਦਾ ਹੈ ਇੱਥੇ ਲਿਆ ਦੇ ਜਿਲ੍ਹੇ ਸਮਾਰੀ ਦੇ ਉਹਲੇ 2-2, 4-4 ਸੇਰ ਦੁੱਧ ਦਿੰਦੀਆਂ ਨੇ ਹਾਂ ਸਹੀ ਹੋ ਗਿਆ ਅੱਛਾ ਕੋਈ ਐਸਾ ਵਾਕਿਆ ਹੋਇਆ ਹੋਵੇ ਕਿ ਤੁਸੀਂ ਖੰਗੜ ਗਾਂ ਲਾਹੌਰੋ ਮੰਡੀ ਲਿਆਂਦੀ ਹੋਵੇ ਤੇ ਉਹ ਗੱਭਣ ਨਿਕਲੀ ਹੋਵੇ ਹਾਂ ਨਿਕਲੀਆਂ ਅੱਛਾ ਮੁਕੱਦਰ ਚੰਗੇ ਹੋਣ ਤੇ ਹੋ ਜਾਂਦਾ ਕੰਮ ਨਿਕਲ ਜਾਂਦੀ ਸਹੀ ਹੋ ਗਿਆ ਤੇ ਰਹੇ ਤੁਹਾਡੀ 70-80 ਤੱਕ ਨੇ ਕਿਹੜੀ ਗਾਂ ਲਿਆਉਂਦੇ ਹੋ ਲਾਹੌਰ ਮੰਡੀ ਤੋਂ ਸਹੀ ਹੋ ਗਿਆ ਉਹ ਸੰਭਾਲਦੇ ਕਿੰਨਾ ਟਾਈਮ ਉਹਨੂੰ ਸੰਭਾਲਣ ਦਾ ਇਹਨੇ ਚੰਗਾ ਪੱਠਾ ਪਾਇਆ ਕੋ ਖਾਲ ਖੁਲ ਪਾਈ 2 ਮਹੀਨਿਆਂ ਦੇ ਵਿੱਚ ਵਿੱਚ ਗਾਂ ਜਿਹੜੀ ਬਣ ਜਾਂਦੀ 2 ਮਹੀਨਿਆਂ ਦੇ ਵਿੱਚ ਹਾਂਜੀ ਬਸ ਹਾਂ ਸੰਭਾਲ ਨਾਲ ਹੈ ਨਾ ਸਹੀ ਹੋ ਗਿਆ ਤੇ 2 ਮਹੀਨਿਆਂ ਦੇ ਵਿੱਚ ਜਾਂ 3 ਮਹੀਨਿਆਂ ਦੇ ਵਿੱਚ ਤੁਹਾਨੂੰ ਇੱਕ ਗਾਂ ਕਿੰਨੀ ਪ੍ਰੋਫਿਟ ਦੇ ਜਾਂਦੀ ਹੈ 2-3 ਮਹੀਨੇ ਉਹਨੂੰ ਸੰਭਾਲੀਏ ਨਾ ਤੇ ਉਹ 1 ਲੱਖ ਤੋਂ ਬਾਰ-ਬਾਰ ਹੋ ਜਾਂਦੀ ਲੱਖ ਤੋਂ ਬਾਰ ਬਾਰ ਹੋ ਜਾਂਦੀ ਹੈ ਹਾਂਜੀ ਮਾਸ਼ਾਅੱਲਾ ਜੀ 70 ਹੀ ਲਈ ਹਾਂਜੀ 2 ਮਹੀਨੇ 'ਚ ਸਿਰਫ ਉਹਨਾਂ ਦੀ ਸੇਵਾ ਕਰਨੀ ਹੈ ਹਾਂਜੀ ਤੇ ਫਿਰ ਮੇਵਾ ਹੈ ਉਹ ਉਹਨੂੰ ਖਾਲ ਪਾਈ ਪੱਠੇ ਪਾਏ ਉਹਨੂੰ ਬੰਨਾ ਕੇ ਠਿੰਡਾ ਵੀ ਦੇ ਲਿਆ ਸਹੀ ਹੋ ਗਿਆ ਠੀਕ ਹੋ ਗਿਆ ਠਿੰਡਾ ਨਾਲ ਬਸ ਕਿਹੜਾ ਬੈਸਟ ਹੈ ਇਹਨਾਂ ਵਾਸਤੇ ਜਿਸ ਰੋਤੇ 'ਚ ਹੋਵੇ ਹੁਣ ਜਿਹੜੀ ਰੋਤੇ ਇਹਦੇ 'ਚ ਮਿੱਠਾ ਤੇਲ ਕਹਿੰਦੇ ਨੇ ਤੇਲ ਉਹ ਦੇ ਲਿਆ ਸਹੀ ਯਾਨੀ ਕਿ ਅੱਗੇ ਗਰਮੀ ਆ ਗਈ ਤੇ ਤੇਲ ਦੂਸਰਾ ਦੇ ਲਿਆ ਘਿਓ ਡਾਲਟਾ ਵੀ ਹੁਣ ਦੇ ਸਕਦੇ ਸਹੀ ਹੋ ਗਿਆ ਘਿਓ ਦੇਸੀ ਵੀ ਦੇ ਸਕਦੇ ਪੰਜਾਬ ਦੀ ਗੱਲ ਹੈ ਨਾ ਕੋਲ ਪੈਸੇ ਹੋ ਗਏ ਕਿਹੜਾ ਮਰਜ਼ੀ ਦੇ ਲਓ ਜਿਹੜਾ ਮਰਜ਼ੀ ਦੇ ਸਹੀ ਹੋ ਗਿਆ ਤੇ ਇੱਕ ਗਾਂ ਨੂੰ ਕਿੰਨਾ ਥਿੰਦਾ ਦੇਣਾ ਚਾਹੀਦਾ ਇੱਕ ਗਾਂ ਨੂੰ ਉੱਥੋਂ ਆਈ ਨੂੰ ਕਾਮ ਸੋ ਕਾਮ ਥੋੜਾ ਥੋੜਾ ਕਰ ਕੇ 10 ਕਿਲੋ ਥਿੰਦਾ ਹੋਣਾ ਚਾਹੀਦਾ ਕਿਲੇ 10 ਕਿਲੋ ਥਿੰਦਾ ਹੋ ਜਾਂਦਾ ਮੁਕੰਮਲ ਉਹਲੇ ਫਿਰ ਇਹ ਗਾਂ ਕਿੰਨੇ ਦੀ ਹੋ ਜਾਏਗੀ ਇਹ ਇਹ 70 ਵਾਲੀ ਗਾਂ ਜਿਹੜੇ 10 ਕਿਲੋ ਥਿੰਦਾ ਖਾਏ ਦੀ ਨਾ ਗੁੜ ਖਾਏ ਦੀ ਖਲ ਖਾਏ ਦੀ ਤੇ ਚੰਗਾ ਪੱਠਾ ਖਾਏ ਦੀ ਉਹਲੇ 70 ਵਾਲੀ ਗਾਂ 1-20-30 ਤੇ ਅਪੜੇਗੀ 1-20-30 ਦੇ ਹਾਂਜੀ ਕਿੰਨੇ ਮਹੀਨੇ ਦੇ ਅੰਦਰ 3 ਮਹੀਨਿਆਂ 'ਚ ਮਾਸ਼ਾਅੱਲਾ ਜੀ ਅੱਛਾ ਹੁਣ ਇਸ ਤੋਂ ਇਲਾਵਾ ਤੁਸੀਂ ਇਹ ਦੱਸਣਾ ਹੈ ਕਿ ਕਿਲੇ ਲਾਹੌਰੋ ਮੰਡੀ ਤੋਂ ਖਾਂਗੜ ਗਾਂ ਲਿਆਉਂਦੇ ਹੋ ਠੀਕ ਹੈ ਇੱਕ ਗਾਂ ਦਾ ਕਿਰਾਇਆ ਕਿੰਨਾ ਪੈਂਦਾ ਤੁਹਾਨੂੰ ਕਿਰਾਇਆ 1000 ਰੁਪਇਆ ਪੈ ਜਾਂਦਾ ਸਿਰਫ 1000
ਵਾਹ ਜੀ ਵਾਹ। ਇਸ ਇਲਾਵਾ ਇਹਨਾਂ ਵਾਸ ਰੁਜ਼ਗਾਰ ਐਵੇਂ ਪੈਂਦਾ ਹੈ ਕਿ ਇੱਥੋਂ ਮੰਡੀ ਤੋਂ ਮਸਲਾਂ ਦੇ ਇੱਥੋਂ ਆਪਣੇ ਇਸ ਇਲਾਕੇ ਚੋਂ ਗਈ ਹੋਵੇ ਨਾ ਡਾਲਾ, ਫਿਰ ਹਜ਼ਾਰ ਪੈਂਦਾ, ਹਜ਼ਾਰ ਦਾ ਡੰਗਰ ਨੂੰ ਲਾ। ਅਗਰ ਸਪੈਸ਼ਲ ਕਰਾਈਏ, ਸਪੈਸ਼ਲ ਲਿਆਈਏ, ਫਿਰ 5000 ਰੁਪਈਆ ਪਾਉਂਗੇ ਫਿਰ ਡੰਗਰ ਨੂੰ। ਹਾਂਜੀ ਸਹੀ ਹੋ ਗਿਆ। ਅੱਛਾ ਹੁਣ ਤੁਸੀਂ ਇਹ ਦੱਸਣਾ ਹੈ ਕਿ ਲਾਹੌਰੋਂ ਮੰਡੀ ਤੋਂ ਡੰਗਰ ਲਿਆਉਂਦੇ ਹੋ ਜਾਂ ਖੰਗੜ ਕਾ ਹੀ ਲਿਆਉਂਦੇ ਹੋ, ਇਹਨਾਂ ਵਾਸਤੇ ਕੋਈ ਵੱਛਾ ਹੁੰਦਾ ਹੈ ਤੁਹਾਡੇ ਕੋਲ? ਹਾਂ ਵੱਛਾ, ਇਹ ਵੀ ਆ ਬੱਚੇ ਵੇਖੋ ਕਿਹੜਾ ਖਾਲਾ ਹੈ, ਨਾਲੇ ਆਪਾਂ ਜ਼ਿਆਦਾ ਤੌਰ ਟੀਕਾ ਰਖਾ ਲਈਦਾ। ਅੱਛਾ ਹਾਂਜੀ, ਟੀਕਾ ਅੱਛਾ ਟੀਕਾ ਰੱਖਣਾ ਸਹੀ ਹੋ ਗਿਆ। ਮੈਂ 5000 ਦਾ ਰੱਖਿਆ ਜਾਏ, 10-10 ਹਜ਼ਾਰ ਦੇ ਟੀਕੇ ਤੇ ਅੱਛੇ ਮਸਲਾਂ ਦੀ ਬੱਚੀਆਂ ਹੋਈਆਂ, ਚੰਗੀਆਂ ਹੋਈਆਂ, ਨਸਲੀ ਹੋਈਆਂ। ਸਹੀ ਹੋ ਗਿਆ ਜੀ। ਤੇ ਇਸ ਟਾਈਮ ਇਹਨਾਂ ਦੀ ਖੁਰਾਕ ਕੀ ਕਰੇ ਤੁਸੀਂ ਇਹਨਾਂ ਨੂੰ ਪਾ ਰਹੇ ਹੋ? ਇਹਨਾਂ ਦੀ ਖੁਰਾਕ ਹੁਣ ਇਹਨਾਂ ਵਾਸਤੇ ਆ, ਤਿੰਨਾਂ ਗਾਈ ਵਾਸਤੇ 5 ਪੰਡਾ ਪੱਠੇ ਆਏ ਨੇ। 5 ਪੰਡਾ? ਹਾਂਜੀ ਸਹੀ ਹੋ ਗਿਆ। ਤੇ ਸ਼ਾਮ ਨੂੰ ਇਹਨਾਂ ਨੂੰ ਕਿਲੋ ਕਿਲੋ ਖਲ ਪੈਣੀ ਹੈ ਜੀ, ਨਾਲ ਦਾਲ ਪੈਣੀ ਹੈ, ਗੁੜ ਪੈਣਾ। ਸਹੀ ਹੋ ਗਿਆ, ਠੀਕ ਹੋ ਗਿਆ। ਇਹ ਖਾ ਕੇ ਖਾ ਰਹੇ। ਸਹੀ ਹੋ ਗਿਆ ਜੀ। ਅੱਛਾ ਚਾਚਾ ਜੀ, ਤੁਸੀਂ ਨਾ ਕਿਹੜੇ ਆ ਪਿੱਛੇ ਗਾਈ ਲਿਆਏ ਹੋ? ਹਾਂਜੀ। ਉਹਦੀ ਸੇਲ ਵੀ ਕੀਤੀਆਂ ਹੋਣੀਆਂ ਨੇ? ਹਾਂਜੀ। ਤੇ ਉਹ ਗਾਈ ਵਿੱਚ ਤੁਹਾਨੂੰ ਕੀ ਮੁਨਾਫਾ ਆਇਆ? ਉਹ ਗਾਈ ਲਿਆਂਦੀਆਂ ਸੀ 55-55 ਹਜ਼ਾਰ ਦੀਆਂ, ਠੀਕ ਹੈ, ਤੇ ਯਾਨੀ ਕਿ 6 ਮਹੀਨੇ ਪਹਿਲੇ, ਤੇ ਹੁਣ ਉਹ 2-2 ਲੱਖ ਤੇ ਗਈਆਂ ਨੇ। 2-2 ਲੱਖ ਤੇ ਗਈਆਂ ਨੇ? ਹਾਂਜੀ। 6 ਮਹੀਨੇ ਪਹਿਲੇ? 6 ਮਹੀਨੇ ਪਹਿਲੇ। 6 ਮਹੀਨੇ ਪਹਿਲਾਂ ਦੀ ਗੱਲ ਹੈ ਜੀ। ਤੇ 2-55 ਹਜ਼ਾਰ ਲਿਆ ਕੇ 2-2 ਲੱਖ ਸੇਲ ਕੀਤੀ ਦੇ? ਹਾਂਜੀ ਹਾਂਜੀ। ਸਹੀ ਹੋ ਗਿਆ ਜੀ। ਤੇ ਅੱਛਾ, ਲਾਹੌਰ ਮੰਡੀ ਤੋਂ ਖੰਗੜ ਗਾਂ ਲੈਣੀ ਹੈ, ਕੀ ਉਹ ਚੰਗੀ ਵੀ ਨਿਕਲ ਪੈਂਦੀ ਹੈ? ਹਾਂ ਬਿਲਕੁਲ, ਗਣੀਆਂ ਚੰਗੀਆਂ ਹੀ ਨਿਕਲ ਪੈਂਦੀਆਂ, ਯਾਨੀ ਕਿ ਵੇਖ ਕੇ ਲੈ ਰਹੀਆਂ ਨਾ, ਨਸਲ ਨਸਲ ਵੀ ਆਹ ਠੀਕ ਜਾ ਰਹੀਆਂ, ਭਾਵੇਂ ਉਹ ਖੰਗੜਾ ਹੀ ਆਉਣਾ, ਉਹ ਆ ਤੇ ਇੱਥੇ ਦੁੱਧ ਵੀ ਦਿੰਦੀਆਂ। ਸਹੀ ਹੋ ਗਿਆ ਜੀ। ਤੇ ਹੁਣ ਤੁਹਾਡੇ ਕੋਲ 2 ਗਾਂ ਤਿਆਰ ਵੀ ਹੋਈਆਂ ਖਲੀਆਂ ਨੇ? ਹਾਂਜੀ। ਮਾਸ਼ਾਅੱਲਾ, ਮੋਟਾਪੇ ਸੋਹਣੀਆਂ ਨੇ, ਲੱਗੀਆਂ ਹੋਈਆਂ ਨੇ, ਗੱਭਰ ਨੇ। ਤੇ ਅਗਰ ਇਹ ਤਿਆਰ ਹੋਣ ਤੋਂ ਕਿੰਨਾ ਟਾਈਮ ਲੈਂਦੀਆਂ ਨੇ? ਇਹ ਤਿਆਰ ਹੋਣ 'ਚ ਇਹ ਮਹੀਨੇ ਤੋਂ ਜ਼ਿਆਦਾ ਹੀ ਟਾਈਮ ਅਜੇ ਲੈਂਦੀਆਂ। ਮਹੀਨੇ ਤੋਂ ਕਣਿਆ? ਅਤੇ ਅਗਰ 1 ਮਹੀਨੇ ਬਾਅਦ ਇਹ ਗਾਂ ਕਿੰਨੇ ਦੀ ਵਿਕੇਗੀ? ਇਹ 1 ਮਹੀਨੇ ਬਾਅਦ ਗਾਂ 2 ਲੱਖ ਤੋਂ ਉੱਤੇ ਜਾਏਗੀ। 2 ਲੱਖ ਤੋਂ ਉੱਤੇ ਜਾਏਗੀ? ਹਾਂਜੀ। ਵਾਹ ਜੀ, ਕਿੰਨੇ ਕਿੰਨੇ ਲਏ ਸੀ ਇਹ? ਇਹ ਲਿਆਂਦੀਆਂ ਸੀ ਆਪਾਂ 53-54 ਹਜ਼ਾਰ ਵਿੱਚ। ਮਾਸ਼ਾਅੱਲਾ ਜੀ। ਅਤੇ ਨਾ ਕੀ ਖੁਰਾਕ ਰੱਖੀ ਦੇ? ਇਹਨਾਂ ਦੀ ਖੁਰਾਕ ਆਪਾਂ ਇਹਨਾਂ ਨੂੰ ਹੁਣ ਖਲ ਵੀ ਪਾ ਰਹੇ ਹਾਂ, ਘਿਓ ਵੀ ਦੇ ਰਹੇ ਹਾਂ, ਯਾਨੀ ਕਿ ਤੇਲ ਜਿਹੜਾ ਤਿਲਾਂ ਦਾ ਹੁੰਦਾ ਨਾ, ਉਹ ਵੀ ਦੇ ਰਹੇ ਹਾਂ ਰਲਾ ਦੇ, ਅਤੇ ਆਪਾਂ ਖਲ ਵੀ ਪਾ ਰਹੇ ਹਾਂ। ਮਾਸ਼ਾਅੱਲਾ ਜੀ, ਪਾ ਰਹੇ ਹਾਂ। ਸਹੀ ਹੋ ਗਿਆ। ਸੇਵਾ ਠੀਕ ਕਰ ਲੈ, ਫਿਰ ਆਪਾਂ ਪੈਸੇ ਇਹਨਾਂ ਦੇ ਇਨਸ਼ਾਅੱਲਾ ਵੱਟਣੇ। ਮੁਨਾਫਾ ਅਗਰ ਸੇਵਾ ਕਰੋਗੇ ਤਾਂ ਮੇਵਾ ਖਾਓਗੇ, ਇਹ ਤਾਂ ਕਰੋਗੇ ਤਾਂ ਖਾਣਾ ਨਾ ਜੀ। ਆ ਵੇਖੋ ਆਪਾਂ ਇਹਨਾਂ ਦੀ ਸੁੱਖ ਕਿਵੇਂ ਕੀਤੀ, ਸਫਾਈ ਹੈ, ਸਫਾਈ ਅੰਦਰ ਵੀ ਬਾਹਰ ਵੀ, ਆਪਾਂ ਇਹਨਾਂ ਦੇ ਉੱਤੇ ਹੀ ਤਾਂ ਰਹੀਦਾ। ਸਹੀ ਹੋ ਗਿਆ। ਅਗਰ ਕੋਈ ਮੇਰਾ ਵੀਰ 10 ਗਾਵਾਂ ਲਿਆਉਣਾ ਚਾਹੁੰਦਾ ਹੈ ਖੰਗੜ, ਅਤੇ ਉਹ ਉਹਦੇ ਵਾਸਤੇ ਪੈਸਾ ਕੋਲ ਕਿੰਨਾ ਹੋਣਾ ਚਾਹੀਦਾ? ਖੰਗੜਾ ਗਾਵਾਂ ਵਾਸਤੇ ਰੁਪਈਆ 5-6 ਲੱਖ ਹੋਣਾ ਚਾਹੀਦਾ। 5-6 ਲੱਖ? 10 ਗਾਈ ਆ ਜਾਂਦੀਆਂ, ਅਤੇ 5 ਲੱਖ ਦੇ ਵਿੱਚੋਂ ਖਰਚਾ ਵੀ ਹੋ ਜਾਏਗਾ ਉਹਨਾਂ ਉੱਤੇ? ਹਾਂਜੀ, ਉਹਨਾਂ 'ਚ ਖਰਚਾ ਹੋ ਜਾਏਗਾ, ਯਾਨੀ ਕਿ 5 ਗਾਈ ਦਾ ਜੇ ਆਪਾਂ ਸਪੈਸ਼ਲ ਲਿਆਈਏ ਰੁਪਈਆ 15-20 ਹਜ਼ਾਰ ਖਰਚਾ ਹੁੰਦਾ। 15-20 ਹਜ਼ਾਰ? ਹਾਂਜੀ। ਸਹੀ ਹੋ ਗਿਆ ਜੀ। 1 ਗਾਂ ਦੇ? ਨਹੀਂ, ਸਾਰੀਆਂ ਸਾਰੀਆਂ ਦੇ। ਸਹੀ ਹੋ ਗਿਆ। ਠੀਕ ਹੈ, ਲਾਹੌਰ ਮੰਡੀ ਦੇ ਵਿੱਚ ਜਾ ਕੇ ਹੋਰ ਮੰਡੀ ਦੇ ਵਿੱਚੋਂ ਖੰਗੜ ਗਾਈ ਲੈਣ ਵਾਸਤੇ ਜਾਂਦੇ ਹਾਂ, ਤਾਂ ਕੋਈ ਬੰਦਾ ਹੋਣਾ ਚਾਹੀਦਾ ਨਾਲ ਮਸ਼ਵਰੇ ਜਾਂ? ਹਾਂ, ਬੰਦਾ ਹੋਣਾ ਚਾਹੀਦਾ, ਬੰਦਾ ਜਿਹੜਾ ਜਾਂਦਾ ਆਉਂਦਾ ਰਹਿੰਦਾ ਹੈ ਨਾ, ਉਹ ਹੋਣਾ ਚਾਹੀਦਾ, ਕਿਉਂਕਿ ਉਹ ਵੇਖ ਕੇ ਉੱਥੇ ਠੱਗੀ ਬੱਗੀ ਵੀ ਹੋ ਸਕਦੀ, ਸਾਰਾ ਕੁਝ। ਸਹੀ ਹੋ ਗਿਆ ਜੀ। ਅਤੇ ਦੁਬਾਰਾ ਇਹ ਤੁਹਾਨੂੰ ਪੁੱਛ ਰਿਹਾ ਕਿ ਅਗਰ ਖੰਗੜ ਗਾਂ ਲੈਣੀ ਹੈ, ਉਹਦੀ ਕੀ ਨਿਸ਼ਾਨੀ ਵੇਖਣੀ ਹੈ, ਉਹ ਲੈਣੀ ਚਾਹੀਦੀ ਹੈ? ਖੰਗੜ ਗਾਂ ਦੀ ਨਿਸ਼ਾਨੀ ਇਹ ਵੇਖਣੀ, ਜਿਹੜੀ ਗਾਂ ਹੁੰਦੀ ਹੈ ਨਾ ਮਲੈਤਣ ਕਰਾਸ, ਉਹ ਦਿਸ ਪੈਂਦੀ ਹੈ ਇਹ ਗਾਂ, ਠੀਕ ਹੈ, ਜਿਹੜੀ ਹੁੰਦੀ ਹੈ ਨਾ ਦੇਸੀ ਜੀਆਂ, ਉਹ ਫਿਰ ਇੱਥੇ ਆਈਆਂ ਦੁੱਧ ਨਹੀਂ ਦਿੰਦੀਆਂ, ਅੱਗੇ ਸੂਵਣ ਵੀ ਤਾਂ ਨਹੀਂ ਦਿੰਦੀਆਂ, ਉਹ ਫਿਰ ਦੇਸੀ ਜੋ ਹੋਈਆਂ। ਸਹੀ, ਇਸ ਤਰ੍ਹਾਂ ਨਸਲ ਬਾਰ ਨਸਲ ਲੈਣੀ ਚਾਹੀਦੀ। ਸਹੀ ਹੋ ਗਿਆ ਜੀ। ਅਤੇ ਤੁਹਾਡੇ ਇਲਾਕੇ ਦੇ ਵਿੱਚ ਅਗਰ ਪਿੰਡ ਥਾਂ ਤੋਂ ਨਹੀਂ ਲੱਭ ਜਾਂਦੀ ਖੰਗੜ ਗਾਈ? ਲੱਭ ਜਾਂਦੀਆਂ ਨੇ ਬਾਹਰ ਵਾਲੇ, ਇੱਥੇ ਫਿਰ ਮਹਿੰਗੀਆਂ ਲੱਭਦੀਆਂ। ਸਹੀ ਹੋ ਗਿਆ। ਤੇ ਤੁਹਾਡੇ ਹਿਸਾਬ ਨਾਲ ਲਾਹੌਰ ਮੰਡੀ ਤੋਂ ਮਾਲ ਲੈਣਾ ਚਾਹੀਦਾ ਖੰਗੜ ਗਾਈ, ਕਿਉਂਕਿ ਉੱਥੇ ਖੰਗੜ ਗਾਈ ਅਤੇ ਖੰਗੜ ਮੱਝਾਂ ਕਾਫੀ ਹੁੰਦੀਆਂ ਨੇ? ਕਾਫੀ। ਸਹੀ ਹੋ ਗਿਆ। ਤੇ ਚੰਗੀ ਨਸਲ ਮੁਕਦਰਾਂ ਲੱਭਦੀ, ਇਹ ਵੀ ਨਹੀਂ ਹੈਗਾ ਕਿ ਜਾਂਦਾ ਲੈ ਲਈਏ ਤੇ ਨਹੀਂ ਲੱਭਦੀ? ਬਿਲਕੁਲ ਜੀ, ਵਕਤ ਵੈਲ ਨਾਲ ਮਿਹਨਤ ਹੁੰਦੀ ਹੈ। ਮਿਹਨਤ ਹੁੰਦੀ। ਸਹੀ ਹੋ ਗਿਆ ਜੀ। ਤੇ 10 ਗਾਈ ਆਉਂਦੇ ਉਹਦੇ ਵਾਸਤੇ ਜਗ੍ਹਾ ਕਿੰਨੀ ਹੋਣੀ ਚਾਹੀਦੀ ਹੈ? 10 ਗਾਈ ਵਾਸਤੇ ਜਗ੍ਹਾ ਜਿਹੜੀ ਨਾ 5 ਮਰਲਾ ਪਲਾਟ ਤਾਂ ਹੋਣਾ ਚਾਹੀਦਾ, ਕਿਉਂਕਿ ਉਹ ਪਾਸੇ ਵੀ ਹੋਵਣ, ਸੁੱਕ ਤੇ ਵੀ ਵੱਜਣ, ਅੰਦਰ ਵੀ ਵੱਜਣ, ਬਾਹਰ ਵੀ ਵੱਜਣ, ਠੀਕ ਹੈ, ਇਸ ਤਰ੍ਹਾਂ ਫਿਰ ਉਹ ਸਹੀ ਰਹਿੰਦੀਆਂ। ਸਹੀ ਹੋ ਗਿਆ ਜੀ। ਅਤੇ ਅਗਰ ਕੋਈ ਮੇਰਾ ਵੀਰ ਮੇਰੇ ਤੁਸੀਂ ਹੁਣ ਚਾਰਾ ਸਾਦਾ ਪਾਈ ਖਲੇ ਹੋ ਇਸ ਟਾਈਮ, ਠੀਕ, ਅੱਗੇ ਪਿੱਛੇ ਚੰਗਾ ਪਾਉਂਦੇ ਹੋ, ਤੁਹਾਨੂੰ ਤੁਹਾਡਾ ਚਾਰਾ ਸਾਦਾ ਹੈ, ਠੀਕ ਹੈ, ਦੇਸੀ ਚਾਰਾ, ਅਤੇ ਅਗਰ ਕੋਈ ਵੀਰ ਦੇਸੀ ਚਾਰੇ ਦੇ ਖੰਗੜ ਗਾਈ ਪਾਲਣਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ? ਪਲ ਜਾਂਦੀਆਂ? ਉਹ ਪਲ ਜਾਂਦੀ, ਉਹ ਨਾਲ ਦੂਸਰੀ ਖੁਰਾਕ ਸ਼ੁਰੂ ਕਰ ਲਵੇ, ਵੰਡਾ ਛੰਡਾ ਪਾਈ ਜਾਵੇ, ਇਹ ਪਾਈ ਜਾਵੇ, ਨਹੀਂ ਜ਼ਿਆਦਾ ਹਰਾ ਉਹ ਸਭ ਕਰ ਸਕਦਾ, ਅਤੇ ਉਹ ਨਾਲ ਇਹ ਪਾਈ ਜਾਵੇ।